यार माड़े हो गए, जनानी माड़ी होगी, मां माड़ी होगी, किसे टाइम भरा भी माड़ा हो गया सी, तू ही चंगा आ गया एक, आई तू ले लेगा तलाक मेरे तो, आई नहीं हुंदे हुंदे तलाक, तलाक लेना बंदे वांगू कचहरी चा, तेनू मैं पूछा। ਹਾਂਜੀ ਦੋਸਤੋ, ਹਾਲ ਹੀ ਦੇ ਵਿੱਚ ਇੱਕ ਮੁੱਦਾ ਕਾਫੀ ਗਰਮਾਇਆ ਹੋਇਆ। ਮਨ ਸੰਧੂ ਜੋ ਕਿ ਢਿੱਲੋਂ ਪ੍ਰੀਤ ਦੀ ਐਕਸ ਵਾਈਫ ਹੈ, ਉਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਕਾਫੀ ਤੱਤੀਆਂ ਗੱਲਾਂ ਕਰ ਰਹੀ ਹੈ ਤੇ ਮਨ ਸੰਧੂ ਦੇ ਵੱਲੋਂ ਤਲਾਕ ਬਾਰੇ ਵੀ ਬਹੁਤ ਵੱਡਾ ਬਿਆਨ ਦਿੱਤਾ ਗਿਆ। ਤੇ ਆਓ ਬਹੁਤਾ ਸਮਾਂ ਲੈਂਦੇ ਹੋਏ ਝਲਕ ਮਾਰਦੇ ਹਾਂ ਪਹਿਲਾਂ ਵਾਇਰਲ ਹੋ ਰਹੀ ਵੀਡੀਓ ਦੇ ਵੱਲ। ਯਾਰ ਮੈਂ ਸਾਰਿਆਂ ਨੂੰ ਨਾ ਇਦਾਂ ਕਹਿਣਾ ਚਾਹੁੰਦੀ ਸੀ ਵੀ ਤੁਹਾਨੂੰ ਨਾ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦਊਂਗੀ। ਦੱਲੇ ਕੁੱਤੇ ਬਿੱਲੇ ਕੀ ਕੁਛ ਨੀ ਭੌਂਕੀ ਜਾਂਦੇ ਵੀ ਮਨ ਸੰਧੂ ਬੋਲਦੀ ਨੀ, ਮਨ ਸੰਧੂ ਬੋਲਦੀ ਨੀ, ਚੰਗੀ ਤਰ੍ਹਾਂ ਠੋਕੂੰਗੀ ਸੌ ਸੁਨਾਰ ਦੀ ਕਲਹਾਰ ਦੀ। ਮੈਂ ਕਿਸੇ ਗੱਲੋਂ ਚੁੱਪ ਬੈਠੀ ਆ, ਮੈਂ ਕਿਸੇ ਨੂੰ ਕਹਿਣਾ ਚਾਹੁੰਦੀ ਆ, ਮੈਨੂੰ ਲੱਗਦਾ ਕਿਸੇ ਦੀ 4 ਸਾਲ ਪਹਿਲਾਂ ਜ਼ਮੀਨ ਵਿਕ ਗਈ ਸੀ ਤਾਂ ਕਰਕੇ ਪ੍ਰਮੋਸ਼ਨਾਂ ਕਰਦਾ ਪਿਆ ਸੀ। ਸਾਡੀ ਜ਼ਮੀਨ ਨਾ ਵਿਕੀ ਹੈ ਨਾ ਵਿਕੂਗੀ, ਉਹਦੀ ਵਿਕੀ ਹੋਈ ਸੀ ਸਾਂਭ ਲੈ, ਕੀ ਪਤਾ ਜਿਹੜਾ ਮੈਨੂੰ 30 ਲੱਖ ਰੁਪਇਆ ਦਿੱਤਾ ਤੁਸੀਂ ਉਹ ਚੜਿਆ ਹੋਵੇ ਦਿਮਾਗ ਤੇ ਲਾਉਣਾ ਹੋਵੇ ਖੱਚ ਨੇ। ਮੈਂ ਉਹ ਖੱਚ ਨੂੰ ਕਹਿਣਾ ਚਾਹੁੰਦੀ ਆ, ਜੇ ਤੇਰੇ ਦਮ ਹੈ ਨਾ ਜੱਟੀ ਦੇ ਇੱਕ ਜਵਾਜਾ ਕੇ ਘਰ, ਤੈਨੂੰ ਪਤਾ ਆ ਬੜਕਾ ਉੱਥੇ ਬੈਠਾ ਨਾ ਮਾਰ, ਸਾਹਮਣੇ ਮਾਰੀ ਦੀ ਹੁੰਦੀ ਆ, ਬੰਦਿਆਂ ਵਾਲੀ ਗੱਲ ਕਰੀ ਦੀ ਹੁੰਦੀ ਆ। ਊ ਤਾਂ ਕਹਿੰਦਾ ਮੈਂ ਜਨਾਨੀ ਨਾਲ ਅੱਡੇ ਪਾਹੇ ਕੀ ਲਵਾਂ, ਮੈਂ ਫਲਾਉਣਾ, ਮੈਂ ਝੌਂਕਾ, ਲੈ ਫਿਰ ਪਾਹੇ। ਜਦੋਂ ਕੋਲੇ ਬੈਠਾ ਹੁੰਦਾ ਤੇ ਜ਼ਬਾਨ ਨੀ ਖੋਲਦੀ ਦੱਲੇ ਦੀ, ਕਿਵੇਂ ਲੱਗਿਆ ਭੌਂਕਣ। ਬਾੜੇ ਦਿਨ ਹੋ ਗਏ ਸੀ ਵੇਂਦੇ ਨੂੰ ਇਹਦੇ ਮੂੰਹ ਵੱਲ, ਇੱਕ ਉਹ ਪੇਜ ਵਾਲਾ ਨਾ ਪਤਾ ਨੀ ਬੰਦਾ ਹੈ ਕਿ ਜਨਾਨੀ ਹੈ ਕਿ ਦੋਵਾਂ ਚ ਹੈ ਨੀ, ਲੱਗਿਆ ਭੌਂਕਣ। ਧੁਰ ਤੱਕ ਨਾ ਚੱਟ ਉਹਦੇ ਤੂੰ, ਮੇਰੇ ਤੋਂ ਪ੍ਰੋਬਲਮ ਹੋਊ ਕਹਿੰਦਾ ਮੈਂ ਬਠਿੰਡੇ ਦਾ। ਕਿੰਨੀ ਵਾਰ ਕਿਹਾ ਲੱਗ ਮੱਥੇ ਫਿਰ ਜੱਟੀ ਦੇ, ਸਾਲਾ ਹੋਇਆ ਨੰਬਰਦਾਰੀ ਦਾ। ਤਸੱਲੀਆਂ ਕਰਾਊ ਤੁਹਾਡੀਆਂ ਮੈਂ ਚੰਗੀਆਂ, ਟੈਨਸ਼ਨ ਨਾ ਲਓ ਤੁਸੀਂ, ਦੱਬ ਜੂਗੀ ਦੱਬ ਜੂਗੀ। ਸਾਲਾ ਖਾਚਣਾ ਹੋਵੇ ਤਾਂ ਦੱਲਿਆਂ ਤੋਂ ਵੀ ਭੈੜਾ, ਦੱਲਿਆਂ ਤੋਂ ਵੀ ਭੈੜਾ। ਯਾਰ ਮਾੜੇ ਹੋ ਗਏ, ਜਨਾਨੀ ਮਾੜੀ ਹੋ ਗਈ, ਮਾਂ ਮਾੜੀ ਹੋ ਗਈ, ਕਿਸੇ ਟਾਈਮ ਭਰਾ ਵੀ ਮਾੜਾ ਹੋ ਗਿਆ ਸੀ, ਤੂੰ ਹੀ ਚੰਗਾ ਆ ਗਿਆ ਇੱਕ, ਆਪ ਹੀ ਸਭ ਤੋਂ ਵੱਡੀ ਲੀਰ ਹੋਏਗਾ ਤੂੰ, ਜਿਹੜਾ ਸਾਰੀਆਂ ਨੂੰ ਲੀਰਾਂ ਸਮਝਦਾ। ਆਏ ਤੂੰ ਲੈ ਲੇਗਾ ਤਲਾਕ ਮੇਰੇ ਤੋਂ, ਆਏ ਨੀ ਹੁੰਦੇ ਹੁੰਦੇ ਤਲਾਕ, ਤਲਾਕ ਲੈਣਾ ਬੰਦੇ ਵਾਂਗੂ ਕਚਹਿਰੀ ਚਾਹ, ਤੈਨੂੰ ਮੈਂ ਪੁੱਛਾਂ। ਤੁਹਾਡਾ ਇਸ ਬਾਰੇ ਕੀ ਖਿਆਲ ਹੈ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਸਭ ਤੋਂ ਪਹਿਲਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।